ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਬੱਲ ਪੰਜਾਬ ਵਿੱਚ ਗਰਮੀ ਤੋਂ ਮਿਲੇਗੀ ਰਾਹਤ ਮੌਸਮ ਵਿਭਾਗ ਨੇ 1 ਅਤੇ 2 ਜੂਨ ਨੂੰ ਮੀਂਹ ਪੈਣ ਦੀ ਕੀਤੀ ਭਵਿੱਖਬਾਣੀ ਪੰਜਾਬ ਵਿੱਚ ਜਿੱਥੇ ਇੱਕ ਪਾਸੇ ਪੈਰੀ ਆਤ ਦੀ ਗਰਮੀ ਨੇ ਲੋਕਾਂ ਦੇ ਵਾਟ ਕੱਢੇ ਹੋਏ ਹਨ ਉੱਥੇ ਦੂਜੇ ਪਾਸੇ ਹੁਣ ਮੌਸਮਾਂ ਬਦਲਣਾ ਸ਼ੁਰੂ ਹੋ ਗਿਆ ਵੱਧ ਬਾਰ ਰਾਤ ਸਵੇਰੇ ਦੇ ਕਈ ਹਿੱਸਿਆਂ ਵਿੱਚ। ਹਲਕੀ ਬੂੰਦਾਬਾਂ ਦੇ ਹੋਈਆਂ ਮੌਸਮਾਂ ਵਿਭਾਗ ਦੇ ਮੁਤਾਬਕ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਜਿਸ ਦਾ ਪੰਜਾਬ ਦੇ ਵਿੱਚ ਵੀ ਅਸਰ ਦੇਖਣ ਨੂੰ ਮਿਲੇਗਾ। ਐਸਾ ਪੱਛਮੀ ਗੜਬੜੀ ਦੇ ਕਾਰਨ ਪੰਜਾਬ ਦੇ ਵਿੱਚ ਇੱਕ ਅਤੇ 2 ਜੂਨ ਨੂੰ ਬਾਰਿਸ਼ ਹੋ ਸਕਦੇ ਮੌਸਮਾਂ ਵਿਭਾਗ ਦੇ ਮੁਤਾਬਕ ਆਉਣ ਵਾਲੇ 2 ਤੋਂ 3 ਦਿਨਾਂ ਦੇ ਵਿੱਚ ਤਾਪਮਨ ਵਿੱਚ ਗਰਾਵਟ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਮਿਲੇ ਜਾਣਕਾਰ ਦੇ ਅਨੁਸਾਰ ਪੰਜਾਬ ਦੇ 17 ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਕੋਰੀਪੁਰ, ਲੁਧਿਆਣਾ, ਮੋਗਾ, ਕਪੂਰਥਲਾ, ਜਲੰਧਰ, ਫਾਜ਼ਿਲਕਾ, ਮਕਸਰ, ਫਰੀਦਕੋਟ, ਵਟਿੰਡਾ, ਬਰਨਾਲਾ, ਐਸਐਸ ਨਗਰ, ਫਤਿਹਗੜ੍ਹ ਸਾਹਿਬ, ਸੰਗਰੂਰ, ਮਾਨਸਾ ਅਤੇ ਪਟਿਆਲਾ ਦੇ ਵਿੱਚ orange alert ਜਾਰੀ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਬਾਕੀ ਸਾਰੇ 6 ਜ਼ਿਲ੍ਹਿਆਂ ਵਿੱਚ yellow alert ਜਾਰੀ ਕੀਤਾ ਗਿਆ ਹੈ। ਥੰਮ ਗਿਆ ਚੋਣ ਪ੍ਰਚਾਰ ਦਾ ਸ਼ੁਰੂ ਜਨਤਕ ਕਾ ਮੀਟਿੰਗਾਂ, ਰੈਲਿੰਗਾਂ ਤੇ ਰੋਡ ਸ਼ੋਅ ਤੇ ਪਾਬੰਦੀ ਸ਼ਰਾਬ ਦੇ ਠੇਕੇ ਵੀ 48 ਘੰਟਿਆਂ ਦੇ ਲਈ ਬੰਦ। ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਦੇ ਵਿੱਚ ਕੱਲ੍ਹ ਸ਼ਾਮ 6 ਵਜੇ ਚੋਣ ਪ੍ਰਚਾਰ ਪੂਰੀ ਤਰ੍ਹਾਂ ਠਾਪੋ ਗਿਆ ਜਨਤਕ ਕਾ ਮੀਟਿੰਗਾਂ, ਰੈਲਿੰਗਾਂ ਤੇ ਰੋਡ ਸ਼ੋਅ ਤੇ ਪਾਬੰਦੀ ਲਗਾ ਦਿੱਤੀ ਗਿਆ ਹੁਣ ਨੇਤਾ ਸਰਪ ਘਰ-ਘਰ ਪ੍ਰਚਾਰ ਕਰ ਸਕਣਗੇ। ਅੱਜ ਨਾਲ ਹੀ ਸ਼ਰਾਬ ਦੇ ਠੇਕੇ 48 ਘੰਟਿਆਂ ਦੇ ਲਈ ਬੰਦ ਕਰ ਦਿੱਤੇ ਗਿਆ ਹਨ ਹੁਣ 1 ਜੂਨ ਨੂੰ ਵੋਟਾਂ ਪੈਣ ਤੋਂ ਬਾਅਦ ਸ਼ਰਾਬ ਦੇ ਠੇਕੇ ਖੁੱਲਣਗੇ ਕਿਸੇ ਵੀ ਹੋਟਲ ਜਾਂ ਰੈਸਟੋਰੈਂਟ ਦੇ ਵਿੱਚ ਸ਼ਰਾਬ ਨਹੀਂ ਦਿੱਤੀ ਜਾਵੇਗੀ VOTING ਆ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਨੇਪਰੇ ਚਾੜਨ ਲਈ ਰਾਜਾਂ ਦੇ ਸਾਰੇ ਜ਼ਿਲ੍ਹਿਆਂ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਿਆ ਹਨ ਚੋਣ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਨਿਯਮਾਂ ਦੇ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਜਨਤਕ ਕਮੇਟੀਆਂ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਾਰੇਬਾਜ਼ੀ ਕਰਨ ਅਤੇ ਪੰਜ ਤੋਂ ਵੱਧ ਦਾ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਹੈ ਇਸ ਦੌਰਾਨ ਤੁਸੀਂ ਲਾਊਡ ਸਪੀਕਰ ਦੇ ਵਰਤੋਂ ਨਹੀਂ ਕਰ ਸਕੋਗੇ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪੀਐਮ ਦੇ ਪੰਜਾਬ ਫੇਰੇ ਦੌਰਾਨ ਸ਼ਰਾਰਤ ਜਾਂ ਸਾਜ਼ਿਸ਼ ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਛੱਡਿਆ ਗਿਆ ਨਹਿਰੀ ਪਾਣੀ ਜਨੂਪੁਰਾ ਮਾਮਲਾ ਹੁਸ਼ਿਆਰਪੁਰ ਦੇ ਹੈਲੀਪੈਡ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਤਰਨ ਤੋਂ ਪਹਿਲਾਂ ਕਿਸ ਨੇ ਨਹਿਰੀ ਪਾਣੀ ਛੱਡ ਦਿੱਤਾ ਜਿਸ ਕਾਰਨ ਆਸ-ਪਾਸ ਦੇ ਇਲਾਕੇ ਵਿੱਚ ਪਾਣੀ ਭਰ ਗਿਆ ਪਾਣੀ ਉਸ ਹੈਲੀਪੈਡ ਦੇ ਵੱਲ ਵੱਧ ਰਿਹਾ ਸੀ ਜਿੱਥੇ ਪੀਐਮ ਮੋਦੀ ਦਾ ਹੈਲੀਕਾਪਟਰ ਉਤਰਨਾ ਸੀ ਹਾਲਾਂਕਿ ਉਸ ਤੋਂ ਪਹਿਲੇ ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਜਿਸ ਤੋਂ ਬਾਅਦ ਅਧਿਕਾਰੀਆਂ ਦੇ ਵਿੱਚ ਦਹਿਸ਼ਤ ਫੈਲ ਗਈ ਉਹਨਾਂ ਤੁਰੰਤ ਨਹਿਰ ਦੇ ਗੇਟ ਤੇ ਪਹੁੰਚ ਕੇ ਇਸ ਨੂੰ ਬੰਦ ਕਰ ਦਿੱਤਾ ਉਸ ਤੋਂ ਬਾਅਦ ਜੀਐਸਬੀ ਬੁਲਾਈ ਗਿਆ ਤੇ ਟੋਏ ਪਟ ਕੇ ਹੈਲੀਪੈਡ ਵੱਲ ਜਾਣ ਵਾਲੇ ਪਾਣੀ ਨੂੰ ਰੋਕਿਆ ਗਿਆ ਪ੍ਰਸ਼ਾਸਨ ਦੇ ਅਧਿਕਾਰੀ ਹੈਲੀਪੈਡ ਤੋਂ 2 ਕਿਲੋਮੀਟਰ ਪਿੱਛੇ ਪਾਣੀ ਨੂੰ ਰੋਕਨ ਦੇ ਵਿੱਚ ਸਫਲ ਰਹੇ ਕੀ ਇਹ ਕਿਸ ਦੀ ਸ਼ਰਾਰਤ ਸੀ ਜਾਂ ਫਿਰ ਪ੍ਰਧਾਨ ਮੰਤਰੀ ਲਈ ਬਣਾਏ ਗਏ ਹਲੇ ਪੈਡ ਨੂੰ ਨੁਕਸਾਨ ਪਹੁੰਚਾਉਣ ਦੇ ਸਾਜ਼ਿਸ਼ ਐਸਸ ਸੰਬੰਧੀ ਹੁਣ ਜਾਂਚ 48 ਸ਼ੁਰੂ ਕਰ ਦਿੱਤੀ ਗਈ ਹੈ। ਸਮਰਾਲਾ ਦੇ ਵਿੱਚ ਲਗਾਤਾਰ ਦੂਸਰੇ ਦਿਨ ਹੋਈ ਬਿਆਦਬੀ ਅਗਨ ਭੇਂਟ ਕਰ ਨਹਿਰ ਵਿੱਚ ਛੁੱਟੇ ਸ਼੍ਰੀ ਗੋਟਕਾ ਸਾਹਿਬ ਦੇ ਅੰਗ ਇੱਕ ਔਰਤ ਸਣੇ ਤਿੰਨ ਗ੍ਰਿਫਤਾਰ। ਸਮਰਾਲਾ ਦੇ ਵਿੱਚ 48 ਘੰਟਿਆਂ ਦੇ ਅੰਦਰ ਅੰਦਰ ਬੀਆਰਬੀ ਦੀ ਇਹ ਦੂਜੀ ਘਟਨਾ ਵਾਪਰੀ ਇੱਕ ਦਿਨ ਪਹਿਲਾਂ ਪੈਂਡਾ ਟੈਲਮਾ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਔਰਤ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਨਾਲ ਛੇੜਛਾੜ ਕੀਤੇ ਗਏ ਸੀ। ਕੱਲ ਸਮਰਾਲਾ ਦੇ ਨਿਰਲੇ ਪਿੰਡ ਬੰਬਾ ਦੇ ਵਿੱਚ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੇ ਵੱਲੋਂ ਸ਼੍ਰੀ ਗੋਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੇ ਜਾਣਕਾਰੀ ਦੇ ਮੁਤਾਬਕ ਉਕਤ ਦੋਸ਼ੀਆਂ ਦੇ ਵੱਲੋਂ ਪਹਿਲਾਂ ਸ਼੍ਰੀ ਗੋਟਕਾ ਸਾਹਿਬ ਜੀ ਨੂੰ ਅਗਣ ਪਿੰਡ ਕਰਨੀਲੋ ਨਹਿਰ ਦੇ ਵਿੱਚ ਜਲ ਪ੍ਰਵਾਹ ਕੀਤਾ ਗਿਆ ਤੇ ਬਾਅਦ ਵਿੱਚ ਘਰ ਵਿੱਚ ਰੱਖੇ। ਸ਼੍ਰੀ ਘੋਟਕਾ ਸਾਹਿਬ ਦੇ ਅੰਗਾਂ ਨੂੰ ਫਾੜ ਕੇ ਆਪਣੇ ਘਰ ਦੀ ਛੱਤ ਦੇ ਉੱਤੇ ਸੁੱਟ ਦਿੱਤਾ ਗਿਆ। ਇਸ ਘਟਨਾ ਦਾ ਪਤਾ ਲੱਗਣ ਤੇ ਸਤਕਾਰ ਕਮੇਟੀ ਦੇ ਸੰਗਤ ਸਹਿਬਾਨਾਂ ਨੇ ਹੰਗ ਸਿੰਘਾਂ ਦੇ ਬਲ ਮੌਕੇ ਤੇ ਜਾ ਕੇ ਪੜਤਾਲ ਕੀਤੀ ਗਈ। ਅਤੇ ਸਮਰਾਲਾ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਸਮਰਾਲਾ ਪੁਲਿਸ ਦੇ ਵੱਲੋਂ ਉਕਤ ਤਿੰਨ ਮਲਜ਼ਮਾਂ ਨੂੰ ਗ੍ਰਿਫਤਾਰ ਕਰਮ ਕਦਮਾਂ ਦਰਜ ਕੀਤਾ ਗਿਆ। ਪਾਣੀ ਦੇ ਦਰਬਾਰ ਤੋਂ ਕਰਨ ਵਾਲਿਆਂ ਤੇ ਲੱਗੇਗਾ 2000 ਰੁਪਏ ਦਾ ਜੁਰਮਾਨਾ ਸਰਕਾਰ ਨੇ ਦਿੱਤੇ ਆਦੇਸ਼। ਗਰਮੀ ਦੇ ਦਿਨਾਂ ਦੇ ਵਿੱਚ ਪਾਣੀ ਦੇ ਘਾਟ ਲਗ ਭਗ ਰਹਿੰਦੇ ਆ ਤਾਂ ਇਸ ਪਾਣੀ ਦੇ ਘਾਟ ਨੂੰ ਪੂਰਾ ਕਰਨ ਦੇ ਲਈ ਦਿੱਲੀ ਸਰਕਾਰ ਨੇ ਜ਼ਰੂਰੀ ਕਦਮ ਚੁੱਕਿਆ ਦਿੱਲੀ ਸਰਕਾਰ ਨੇ ਬੁੱਧਵਾਰ ਨੂੰ ਦਿੱਲੀ ਜਲ ਬੋਰਡ ਦੇ ਮੌਕਾ ਕਾਰਜਕਾਰੀ ਅਧਿਕਾਰੀ ਨੂੰ ਨਰਦੇਸ਼ ਦਿੱਤਾ ਕਿ ਰਾਇਤਾਂ ਨੇ ਦਿੱਲੀ ਵਿੱਚ ਪਾਣੀ ਦੇ ਕਮੀ ਨੂੰ ਰੋਕਣ ਦੇ ਲਈ ਪਾਣੀ ਦੇ ਦਰਵਾਜ਼ੇ ਤੋਂ ਕਾਰਨ ਵਾਲੇ ਕਿਸੇ ਵੀ ਵਿਅਕਤੀ ਤੇ 2000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇ ਤੇ ਸਾਰੇ ਨਜਾਇਜ਼ ਕਨੈਕਸ਼ਨਾਂ ਕੱਢ ਦਿੱਤੇ ਜਾਣ ਦਿੱਲੀ ਦੀ ਕੈਬਨਟ ਮੰਤਰੀ ਆਤੇਸ਼ੀ ਦੇ ਵੱਲੋਂ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਪਾਣੀ ਦੇ ਬਰਬਾਦ ਹੋਣ ਨੂੰ ਰੋਕਣ ਦੇ ਲਈ ਨਜਾਇਜ਼ ਪਾਣੀ ਦੇ ਕਨੈਕਸ਼ਨਾਂ ਕੱਢ ਦਿੱਤੇ ਜਾਣ ਦਿੱਲੀ ਦੇ ਕੈਬਨਟ ਮੰਤਰੀ ਆਤੇਸ਼ੀ ਦੇ ਵੱਲੋਂ ਜਾਰੀ ਨਿਰਦੇਸ਼ ਦੇ ਅਨੁਸਾਰ ਪਾਣੀ ਦੇ ਬਰਬਾਦ ਹੋਣ ਅਤੇ ਨਜਾਇਜ਼ ਪਾਣੀ ਦੇ ਕਨੈਕਸ਼ਨਾਂ ਤੇ ਨਕੇਲ ਕਸਣ ਦੇ ਲਈ ਦਿੱਲੀ ਯਲਬੋਰਡ ਦੀਆਂ 200 ਟੀਮਾਂ ਵੀਰਵਾਰ ਨੂੰ ਸਵੇਰੇ 8:00 ਵਜੇ ਤੋਂ ਰਾਜਧਾਨੀਰ ਵਿੱਚ ਤੈਨਾਤ ਕੀਤੀਆਂ ਜਾਣਗੀਆਂ ਭਾਰਤ ਦੇ ਸਤ ਸਭ ਵਿਦਿਆਰਥੀਆਂ ਦੇ ਪਿਵਿੱਕ ਦੇ ਨਾਲ ਖੇਡਣ ਵਾਲੇ ਏਜੰਟ ਪ੍ਰਜੇਸ਼ ਹਮੇਸ਼ਰਾ ਨੂੰ ਕੈਨੇਡਾ ਅਦਾਲਤ ਨੇ 3 ਸਾਲ ਦੀ ਸਜ਼ਾ ਸੁਣਾਈ ਕਾਲਜਾਂ ਦੇ ਜਾਲੇ ਦਾਸਤਾਵੇਜ਼ਾਂ ਤੇ ਸਟੱਡੀ ਵੀਜੇ ਲਗਵਾ ਕੇ 700 ਵਿਦਿਆਰਥੀਆਂ ਨੂੰ ਕੈਨੇਡਾ ਭੇਜਣ ਵਾਲੇ ਤੋਕੇਬਾਜ਼ ਟਰੈਵਲ ਏਜੰਟ ਪ੍ਰਜੇਸ਼ ਹਮੇਸ਼ਰਾ ਨੂੰ ਵੈਨਕੂਵਰ ਦੀ ਅਦਾਲਤ ਵਿੱਚ ਇਮੀਗ੍ਰੇਸ਼ਨ ਅਪਰਾਧਾਂ ਦੇ ਲਈ ਦੋਸ਼ੀ ਕਰਾਰ ਦੰਦਿਆਂ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ 37 ਸਾਲਾ ਪ੍ਰਜੇਸ਼ ਹਮੇਸ਼ਰਾ ਨੂੰ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਦੇ ਜਾਂਚ ਤੋਂ ਬਾਅਦ ਹੈ ਗ੍ਰਿਫਤਾਰ ਕੀਤਾ ਗਿਆ ਉਸ ਨੇ 2016 ਤੋਂ 2020 ਦੇ ਵਿੱਚ ਕਰ ਭਾਰਤੀ ਵਿਦਿਆਰਥੀਆਂ ਨੂੰ ਝਾਲੇ ਦਸਤਾਵੇਜ਼ਾਂ ਲਗਾ ਕੇ ਕੈਨੇਡਾ ਭੇਜਿਆ ਸੀ ਇਸ ਵਿੱਚ ਬਹੁ ਗੰਤੀ ਪੰਜਾਬੀਆਂ ਦੇ ਮੇਸ਼ਰਾ ਨੇ ਅੱਜ ਵੈਨਕੂਵਰ ਅਦਾਲਤ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਦੇ ਕਈ ਅਪਰਾਧਾਂ ਦੇ ਲਈ ਮਾਫੀ ਮੰਗੇ ਮੇਸ਼ਰਾ ਨੂੰ ਜੂਨ 2023 ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਉਹਦੇ ਹਰਾਸਦ ਦੇ ਸਮੇਂ ਨੂੰ ਸਜ਼ਾ ਗਿਣਿਆ ਜਾਵੇਗਾ ਤੇ ਇਸ ਤਰ੍ਹਾਂ ਆਸ ਨੂੰ 19 ਮਹੀਨੇ ਹੋਰ ਜਿਲਦ ਦੇ ਵਿੱਚ ਰਹਿਣਾ ਪਵੇਗਾ। ਕੈਨੇਡਾ ਵਿੱਚ ਆ ਭਾਰਤੀ ਵਿਦਿਆਰਥੀਆਂ ਨੇ ਸ਼ੁਰੂ ਕੀਤੇ ਭੋਖੜ ਤਾਲ ਮੰਗਾ ਨਾ ਮੰਨੀਆਂ ਤਾਂ ਕਰਾਂਗੇ ਵੱਡਾ ਰੋਸ ਪ੍ਰਦਰਸ਼ਨ। ਕੈਨੇਡਾ ਦੇ ਧਰਤੇ ਦੇ ਉੱਤੇ ਭਾਰਤੀ ਵਿਦਿਆਰਥੀਆਂ ਦੇ ਬੁਲਾਪਣਾ ਮੰਗਣ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵਿਦਿਆਰਥੀਆਂ ਦਾ ਕਹਿਣਾ ਕਿ ਕੈਨੇਡਾ ਸਰਕਾਰ ਸਾਨੂੰ ਡਿਪੋਰਟ ਕਰਕੇ ਭਾਰਤ ਵਾਪਸ ਭੇਜਣਾ ਚਾਹੁੰਦੀ ਹੈ ਪਰ ਅਸੀਂ ਮੰਗ ਕਰ ਰਹੇ ਹਾਂ ਕਿ ਸਾਨੂੰ ਪੀਆਰ ਦਿੱਤੀ ਜਾਵੇ। ਉਹਨਾਂ ਨੇ ਕਹਿ ਕੇ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਵੱਡੇ ਪੱਧਰ ਦੇ ਉੱਤੇ ਰੋਸ ਪ੍ਰਦਰਸ਼ਨ ਕਰਾਂਗੇ 28 ਮਈ ਤੋਂ ਮਕਮਲ ਤੌਰ ਦੇ ਉੱਤੇ ਪੋਕੜਤਾਲ ਪਿਛਲੇ ਕਈ ਦਿਨਾਂ ਤੋਂ ਇਹ ਵਿਦਿਆਰਥੀ ਰੋਸ ਮੁਜ਼ਾਰੇ ਕਰਦੇ ਆ ਰਹੇ ਹਨ ਮੰਗਲਵਾਰ 28 ਮਈ ਤੋਂ ਉਹ 24 ਘੰਟੇ ਦੇ ਲਈ ਮਕਮਲ ਪੋਕੜਤਾਲ ਤੇ ਚਲੇ ਗਿਆ ਹਨ ਕੈਨੇਡਾ ਦੇ ਸਰਕਾਰੀ ਚੈਨਲ ਸੀਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ ਹਣ ਰੋਸ ਮੁਜ਼ਾਰਾ ਕਰੀ ਵਿਦਿਆਰਥੀ ਪਾਣੀ ਤੱਕ ਵੀ ਨਹੀਂ ਲੈ ਰਹੇ ਜਿਸ ਕਾਰਨ ਉਨ੍ਹਾਂ ਦੇ ਜਾਨ ਨੂੰ ਵੀ ਖਤਰਾ ਹੈ ਪ੍ਰਿੰਸ ਐਡਵਰਡ ਆਇਲੈਂਡ ਦੇ ਸਰਕਾਰ ਦੇ ਵੱਲੋਂ ਮੌਜੂਦਾ ਬਰੇ 2024 ਵਾਸਤੇ ਪਰਮਨੈਂਟ ਰੈਜ਼ਿਡੈਂਸੀ ਪੀਆਰ ਦੇ ਲਈ ਵਰਕਰਾਂ ਦੀ ਗਿਣਤੀ 2100 ਤੋਂ ਘਟਾ ਕੇ 1600 ਕਰ ਦਿੱਤੀ ਗਈ ਇੰਜਾਂ ਕਾਮਿਆਂ ਦੀ ਗਿਣਤੀ ਵਿੱਚ 25% ਦੀ ਕਮੀ ਆ ਜਾਵੇਗੀ ਜਥੇਦਾਰ ਨੇ ਗ੍ਰਾਂਤੀ ਸੰਘ ਦੇ ਨਵਾਲਗ ਤੇ ਦੇ ਨਾਲ ਜ਼ਬਰਜਨਾਹ ਮਾਮਲੇ ਦਾ ਲਿਆ ਸਖਤ ਨੋਟਿਸ ਕਾਰਵੱਦ ਲਈ ਯੂਪੀ ਦੇ ਮੱਖ ਮੰਤਰੀ ਯੋਗੀ ਨੂੰ ਦਿੱਤਾ ਇੱਕ ਹਫ਼ਤੇ ਦਾ ਅਲਟੀਮੇਟਮ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਹਿਬ ਗਿਆਨੀ ਰਗਵੀਰ ਸਿੰਘ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਪਲੀਪੀਤ ਵਿੱਚ ਇੱਕ ਗ੍ਰੰਥੀ ਸੰਗਤ ਦੀ ਨਵਾਲਗਤੀ ਦੇ ਅਗਵਾਹ ਕਰ ਜਬਰ ਜਨਾਹ ਦੇ ਦੋਸ਼ੀਆਂ ਦੇ ਗ੍ਰਿਫਤਾਰੀ ਦੇ ਵਿੱਚ ਪੁਲ ਦੇ ਟਲਮੋਠਾ ਤੇ ਸਖਤ ਨੋਟਸ ਲੈਂਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗ ਅਦਿੱਤਿਆਨਾਥ ਨੂੰ ਇੱਕ ਹਫ਼ਤੇ ਦਾ ਅਲਟੀਮੇਟਿਵ ਦਿੰਦਿਆਂ ਆਖਿਆ ਕਿ ਜੇਕਰ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸਾਕਾ ਸੰਗਤਾਂ ਨੂੰ ਆਪਣੇ ਪੱਧਰ ਤੇ ਵੱਡੀ ਅਤੇ ਸਖਤ ਕਾਰਵਾਈ ਦਲੇ ਮਜਬੂਰ ਹੋਣਾ ਪਵੇਗਾ ਗੈਨੇ ਰਗਵੇਰ ਸੰਗਣਾ ਕਾ ਉੱਤਰਪੁਰ ਦੇ ਅਧੇ ਗ੍ਰਾਮ ਤੇ ਸੰਗ ਦੇ 13 ਸਾਲਾ ਬੱਚੇ ਨੂੰ ਕੁਝ ਵਿਅਕਤੀਆਂ ਦੇ ਵੱਲੋਂ ਅਗਵਾ ਕਰਕੇ ਉਸ ਦੇ ਨਾਲ ਜ਼ਬਰਜਨਾਹ ਕਰਨ ਦੀ ਬੇਹਦਾ ਦੁਖਦਾਈ ਘਟਨਾ ਸਾਹਮਣੇ ਆਈ ਹੈ ਅਗਲੀ ਖਬਰਾਂ ਖਾਲਸਤਾਨੀ ਗੌਰਪਤਵੰਤਾ ਪੰਨੂ ਦੇ ਵੱਲੋਂ ਰਵਨੀਤਾ ਬਿੱਟੂ ਅਤੇ ਹੰਸਰਾਜ ਹੰਸ ਨੂੰ ਧਮਕ ਕੇ ਕਤਲ ਦਾ ਬਦਲਾ ਕਤਲ ਸਿਕਪੁਰ ਜਹਾਟਾ ਸਫ ਐਸ ਐਫ ਜੇ ਦੇ ਮੁਕੇ ਭਾਰਤ ਸਰਕਾਰ ਦੇ ਵੱਲ ਅਤਵਾਦ ਦੇ ਐਲਾਨੇ ਗਏ ਖਾਲਸਤਾਨੀ ਸਮਰਥਕ ਗੁਰਪਤਵੰਤ ਸੰਘ ਪੰਨੂ ਨੇ ਹੁਣ ਭਾਰਤੀ ਜਨਤਾ ਪਾਰਟੀ ਦੇ ਅਮੀਰ 바ਰ ਨੂੰ ਧਮਕੀ ਦਿੱਤੀ ਹੈ ਪੰਨੂ ਨੇ ਲੁਧਿਆਣਾ ਤੋਂ ਬੀਜੇਪੀ ਅਮੀਰ 바ਰ ਰਵਨੀਤਾ ਬਿੱਟੂ ਤੇ ਫਰੀਦਕੋਟ ਤੋਂ ਬੀਜੇਪੀ ਅਮੀਰ 바ਰ ਹੰਸਰਾਜ ਹੰਸ ਨੂੰ ਉਹਨਾਂ ਦੇ ਬਿਆਨਾਂ ਕਰਕੇ ਧਮਕਾਇਆ ਹੈ ਇਹਨਾਂ ਨੇ ਪੰਨੂ ਨੇ ਬਿੱਟੂ ਨੂੰ ਆਪਣੇ ਦਾਦਾ ਬਿਆਨਤ ਸਿੰਘ ਨੂੰ ਯਾਦ ਕਰਨ ਦੇ ਲਈ ਕਿਹਾ ਤੇ ਪੰਨੂ ਨੇ ਅੱਜ ਆਪਣਾ ਨਵਾਂ ਵੀਡੀਓ ਜਾਰੀ ਕੀਤਾ ਹੈ ਕਾਲਾस्तानी ਸਮਰਥਕ ਪੰਨੂ ਨੇ ਆਪਣੀ ਵੀਡੀਓ ਦੇ ਵਿੱਚ ਕਹਿ ਕੇ ਰਵਨੀਤ ਦਾ ਬਿੱਟੂ ਤੇ ਹੰਸਰਾ ਜਹਾਂਸ ਸੁਣ ਲੈਣ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਕਤਲ ਕਰਨ ਦੇ ਧਮਕੇ ਦਿੱਤੇ ਆ ਇਹ ਪੰਜਾਬ ਇੱਥੇ ਕਤਲ ਦਾ ਬਦਲਾ ਕਤਲ ਦੇ ਨਾਲ ਲਿਆ ਜਾਂਦਾ ਬਿੱਟੂ ਆਪਣੇ ਦਾਦਾ ਬਿਆਨਤ ਸਿੰਘ ਨੂੰ ਯਾਦ ਕਰ ਲਵੇ ਪੰਨੂ ਦਾ ਸੰਦੇਸ਼ ਹੈ ਕਿ ਜੇਕਰ ਇੱਕ ਵੀ ਕਿਸਾਨ ਦਾ ਕਤਲ ਹੋਇਆ ਤਾਂ ਕਤਲ ਦਾ ਬਦਲਾ ਕਤਲ ਹੋਵੇਗਾ ਅਗਲੀ ਖਬਰ ਜੁੰਦੇ ਆ 7 ਤਰੀਕ ਨੂੰ ਆਵੇਗੀ 17ਵੀਂ ਕੈਸਟਾ ਲਾ ਪਾਤਰੀ ਕੇ ਖਸਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨਨ ਦੇ ਜੋ ਇਹਨਾਂ ਦੇ 17ਵੇਂ ਕਹਿਸਤ ਦੇ ਉਡੇਕ ਕਰਨ ਤੇ ਇਹ ਪੈਸਾ ਜਲਦੀ ਜਾਰੀ ਹੋਣ ਜਾ ਰਿਹਾ ਰਿਪੋਰਟਾਂ ਦੇ ਮੁਤਾਬਕ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ 17ਵੇਂ ਕਹਿਸਤ 4 ਜੂਨ ਨੂੰ ਲੋਕ ਸਭਾ ਚੋਣਾਂ ਤੇਜਾਂ ਦੇ ਐਲਾਨ ਤੋਂ ਬਾਅਦ ਜਾਰੀ ਹੁੰਦੀ ਸੰਭਾਵਨਾ ਹੈ 16ਵੇਂ ਕਹਿਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਫਰਵਰੀ ਦੇ ਵਿੱਚ ਜਾਰੀ ਕੀਤੀ ਸੀ ਪ੍ਰਧਾਨ ਮੰਤਰੀ ਨੇ 28 ਫਰਵਰੀ 2024 ਨੂੰ ਮਹਾਰਾਸ਼ਟਰ ਦੇ ਯਵਤਮਾਲ ਦੇ ਵਿੱਚ ਆਪਣੀ ਯਾਤਰਾ ਦੌਰਾਨ 9 ਕਰੋੜ ਤੋਂ ਵੱਧ ਹੈ ਕਿ ਕਿਸਾਨਾਂ ਨੂੰ 21000 ਕਰੋੜ ਰੁਪਏ ਤੋਂ ਵੱਧ ਦੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ 16ਵੇਂ ਕੈਸਟ ਜਾਰੀ ਕੀਤੀ 15ਵੀਂ ਕੈਸਟ 15 ਨਵੰਬਰ 2023 ਨੂੰ મોદી ਨੇ ਜਾਰੀ ਕੀਤੀ ਸੀ ਈ ਕੇ ਯੂ ਸੀ ਤੋਂ ਬਿਨਾ ਨਹੀਂ ਮਿਲਣਗੇ ਪੈਸੇ ਕੈਸਟ ਪ੍ਰਾਪਤ ਕਰਨ ਦੇ ਲਈ ਕਿਸਾਨਾਂ ਨੂੰ ਈ ਕੇ ਯੂ ਸੀ ਕਰਵਾਉਣਾ ਜ਼ਰੂਰੀ ਹੈ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ ਪੀਐਮ ਕਿਸਾਨ ਆਰ ਯਾਟਰਾ ਦੇ ਕਿਸਾਨਾਂ ਦੇ ਲਈ ਇੱਕ ਈ ਕੇ ਯੂ ਸੀ ਲਾਜ਼ਮੀ ਆ ਓਟੀਪੀ ਆਧਾਰਿਤ ईकेवाईसी पीएम किसान पोर्टल ते ਕੀਤਾ ਜਾ ਸਕਦਾ ਤੁਸੀਂ ਬਾਇਓમેટ્રਿਕ ਆਧਾਰਿਤ ईकेवाईसी ਦੇ ਲਈ ਆਪਣੇ ਨਜ਼ਦੀਕੀ ਸੀਐਸਸੀ ਕੇਂਦਰ ਤੇ ਜਾ ਸਕਦੇ ਹੋ